ਸਮਝਣ ਦੀ ਗੱਲ ਇਨਸਾਨ ਦੇ ਦਿਲ ਨੂੰ ਚਾਨਣ ਕਰਦੀਆਂ ਹਨ। ਕਲਾਮੇ ਮੁਕੱਦਸ ਚੋਂ ਹੀ ਗਾਲੀ ਸੁਣਨ ਕੀਤੇ ਪ੍ਰੋਗਰਾਮ ਸੁਣੋ ਹਕਮਤ ਦੇ ਮੋਤੀ। ਸਮਾਂ ਪ੍ਰੋਗਰਾਮ ਹਕਮਤ ਦੇ ਮੋਤੀ ਗਿਣ ਕੇ ਤੁਹਾਡਾ ਮੇਜ਼ਬਾਨ ਨਦੀਮ ਬਸ਼ੀਰ ਤੁਹਾਡੀ ਖਿਦਮਤ ਵਿਚ ਹਾਜ਼ਰ ਹੈ ਅਤੇ ਸਲਾਮ ਅਰਜ਼ ਕਰਿੰਦੇ। ਸੁਣਾਓ ਸਾਈਂ, ਕੀ ਹਾਲ ਚਾਲ ਹਨ? ਖੈਰ ਵਾਫੀਅਤ ਹੈ ਨਾ? ਵਸ ਵਸੇ ਦੋਸਤ ਅਹਿਬਾਬ ਸੱਜਣ ਬੇਲੀ ਅਜ਼ੀਜ਼ ਰਿਸ਼ਤਾਦਾਰ ਸਭ ਠੀਕ ਠਾਕ ਤਾਂ ਹਨ? ਸਾਡੀ ਦੁਆ ਹੈ ਜੋ ਸ਼ਾਲਾ ਹੱਸਦੇ ਵਸਦੇ ਸ਼ਾਦ ਤੇ ਆਬਾਦ ਰਹੋ। ਸਮਾਂ ਸਾਕੂ ਹਿੱਕ ਬਹਿ ਦੀ ਖੈਰ ਮੰਗਦੇ ਰਹਿਣਾ ਚਾਹੀਦਾ ਹੈ, ਹਰ ਕੈਂ ਕੀਤੇ ਚੰਗਾ ਗੁਮਾਨ ਰੱਖਣਾ ਚਾਹੀਦਾ ਹੈ। ਤਾਂ ਆਓ ਵੱਲ ਸਮਾਂ ਰਲ ਕੇ ਅੱਜ ਦੇ ਹਕਮਤ ਦੇ ਮੋਤੀ ਚੁਣਨ ਤੋਂ ਪਹਿਲੇ ਇਹ ਖੂਬਸੂਰਤ ਗੀਤ ਸੁਣ ਲਵੀਏ। ਖੁਦਾ ਪਿਓ ਤੁਮੈ ਦੇ ਕਿਹੜਾ ਪਿਆਰ ਕਰੇ ਦੇ ਕਲੇ ਘੈ ਪਹੁੰਚਾ ਝੋਲੀ ਚ ਬਣੇ ਦੇ। ਖੁਦਾ ਪਿਓ ਤੁਮੈ ਦੇ ਕਿਹੜਾ ਪਿਆਰ ਕਰੇ ਦੇ ਕਲੇ ਘੈ ਪਹੁੰਚਾ ਝੋਲੀ ਚ ਬਣੇ ਦੇ। ਖੁਦਾ ਪਿਓ ਤੁਮੈ ਦੇ ਕਿਹੜਾ ਪਿਆਰ ਕਰੇ ਦੇ ਚਾਮ ਪਹਿਨ ਦੇ। ਖੁਦਾ ਪਿਓ ਤੁਮੈ ਦੇ ਕਿਹੜਾ
ਫਿਕਰ ਚਿੰਤਿਆਂ ਦੇ ਰੋਜ਼ੀ ਜੀ। ਗੀਤ ਨੇ ਤੁਹਾਡੇ ਦਿਲ ਨੂੰ ਚਾਨਣ ਕੀਤਾ ਸੀ ਜਨਾਬ। ਬਲਦੇ ਹਾਂ ਹੁਣ ਅੱਜ ਦੇ ਕਿੱਸੇ ਦੀ ਮੁਹਾਰ ਵੱਲ। ਅੱਜ ਦੇ ਕਿੱਸੇ ਦਾ ਉਨਵਾਨ ਹੈ ਏਲੀਆ ਦੀ ਰਵਾਨਗੀ। ਏਲੀਆ ਤੇ ਏਲੀਸ਼ਾ ਦੋਹੇ ਚਮਕਦੀ ਹੋਈ ਧੁੱਪ ਵਿੱਚ ਰਲ ਕੇ ਦਿਹਾਤੀ ਇਲਾਕੇ ਚੋਂ ਲੰਘਦੇ ਪਏ ਹਨ। ਉਹਨਾਂ ਬਹੁ ਸਾਰੇ ਪੈਂਡੇ ਰਲ ਕੇ ਇਕੱਠੇ ਤੈਅ ਕੀਤੇ ਹਨ, ਪਰ ਉਹਨਾਂ ਰਲ ਕੇ ਹੁਣ ਮਜ਼ੀਦ ਸਫ਼ਰ ਕਹਿ ਨਾ ਕਰਨਾ ਹੈ। ਇਹ ਉਹਨਾਂ ਦਾ ਆਖਰੀ ਸਫ਼ਰ ਹੈ ਅਤੇ ਉਹਨਾਂ ਕੋ ਇਹਦਾ ਇਲਮ ਵੀ ਹਾਈ ਪਿਆ। ਉਹਨਾਂ ਦੇ ਹਾਂ ਉੱਤੇ ਬਾਹਰ ਆਈ, ਪਰ ਉਹਨਾਂ ਇੱਕ ਦੂਜੇ ਨਾਲ ਬਹੁ ਘੱਟ ਗਾਲ ਮੁਹਾਰ ਕੀਤੀ। ਉਹ ਜਿਲਜਾਲ ਕੋ ਪਿੱਛਾ ਛੋੜ ਆਏ ਹਨ। ਏਲੀਆ ਉੱਤਾਂ ਪਹਿਲੇ ਹੀ ਲੋਕਾਂ ਕੋ ਖੁਦਾ ਹਾਫਿਜ਼ ਆਖ ਦਿੱਤਾ ਹੈ। ਬਸ ਉਹ ਇੱਕ ਅਜਿਹੇ ਅਜ਼ੀਮ ਸਫ਼ਰ ਤੇ ਰਵਾਨਾ ਤੀਵਣਾ ਹੈ ਜਿੱਥੋਂ ਕਿਡਾਈ ਕੋਈ ਵੱਲ ਕੇ ਨਹੀਂ ਆਇਆ। ਈ ਸਫ਼ਰ ਚ ਅਲੀਸ਼ਾ ਕੋ ਵੀ ਨਾਲ ਵੰਜਣ ਦੀ ਇਜਾਜ਼ਤ ਕਹਿਣਾ ਹੈ। ਸ਼ੀਤ ਈ ਸੂਰਤ ਚ ਆਉਂਦਾ ਪਿੱਛਾ ਜਿਲਜਾਲ ਸ਼ਹਿਰ ਚ ਹੀ ਰੁਕ ਵੰਜਣ ਬਿਹਤਰ ਹਾਈ ਪਿਆ। ਏਲੀਆ ਕੋ ਆਖਿਆ, ਤੂੰ ਜ਼ਰਾ ਇੱਥਾਂ ਜੰਮ ਵੰਜ, ਕਿਉਂ ਜੋ ਖੁਦਾਵਨ ਮੇਕੂ ਬੈਤੇ ਲਾਲੇ ਪਾਸੇ ਭੇਜੇ। ਪਰ ਆਪਣੇ ਆਕਾ ਦੇ ਈ ਆਖਰੀ ਸਫ਼ਰ ਚ ਅਲੀਸ਼ਾ ਉਹਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹ ਇਹ ਕਰਸੇ ਤੂੰ ਆਪਣੇ ਆਕਾ ਦੇ ਨਾਲ ਨਾਲ ਰਹਿੰਦਾ ਹੈ, ਹੀ ਕੀਤੇ ਉਹ ਆਪਣੇ ਆਕਾ ਕੋ ਹੁਣ ਕੱਲਾ ਨਾ ਛੋੜ ਸਕਦਾ ਹੈ। ਹੀ ਵਾਸਤੇ ਉਹ ਜਵਾਬ ਦਿੱਤਾ, ਖੁਦਾਵਨ ਦੀ ਹਯਾਤ ਦੀ ਕਸਮ ਅਤੇ ਤੇਰੀ ਜਾਨ ਦੀ ਸੁਗੰਧ, ਮੈਂ ਤੇਕੂ ਨਹੀਂ ਛੋੜ ਸਕਦਾ। ਉਂਡੂ ਹੈ ਰਲ ਕੇ ਬੈਤਲ ਰਵਾਨਾ ਥੀ ਗਏ। ਜਿਹੜੇ ਨਬੀ ਬੈਤਲ ਰਹਿੰਦੇ ਹਨ ਉਹਨਾਂ ਕੋ ਆਂਦਾ ਡਿੱਠਾ, ਉਹ ਜਾਣਦੇ ਹਨ ਜੋ ਕਿਆ ਥੀਵਣ ਵਾਲਾ ਹੈ। ਉਹਨਾਂ ਅਲੀਸ਼ਾ ਕੋ ਆਖਿਆ, ਤੇਕੂ ਪਤਾ ਹੈ ਜੋ ਖੁਦਾਵਨ ਦਾ ਤੇਰੇ ਸਿਰ ਉੱਤੋਂ ਤੇਰੇ ਆਕਾ ਦਾ ਸਾਇਆ ਚਾ ਗਿਨਸੀ। ਉਹ ਬਹੁ ਦੁੱਖ ਨਾਲ ਜਵਾਬ ਦਿੱਤਾ, ਜੀਆ ਮੇਕੂ ਇਲਮ ਹੈ, ਤੁਸਾਂ ਬਸ ਚੁੱਪ ਕਰਾਓ। ਜਿਹੜੇ ਵੇਲੇ ਉਹ ਬੈਤਲ ਕੋ ਪਿੱਛਾ ਛੋੜ ਆਏ ਤਾਂ ਏਲੀਆ ਆਖਿਆ, ਤੂੰ ਜ਼ਰੀ ਹਿਕ ਦੇਰ ਕੀਤੇ ਇਥਾਂ ਹੀ ਰੁਕ, ਕਿਉਂ ਜੋ ਖੁਦਾਵਨ ਨੇ ਮੇਕੂ ਯਰੂ ਕੋ ਭੇਜੇ। ਪਰ ਅਲੀਸ਼ਾ ਪੱਕਾ ਇਰਾਦਾ ਕਰ ਗਿੱਦਾ ਹੈ ਜੋ ਉਹ ਅਖੀਰ ਤਾਈ ਆਪਣੇ ਆਕਾ ਦੇ ਨਾਲ ਰਸੀ। ਹੀ ਕੀਤੇ ਉਹ ਜਵਾਬ ਦਿੱਤਾ, ਖੁਦਾਵਨ ਦੀ ਹਯਾਤ ਦੀ ਕਸਮ ਅਤੇ ਤੇਰੀ ਜਾਨ ਦੀ ਸੁਗੰਧ, ਮੈਂ ਤੇਕੂ ਨਹੀਂ ਛੋੜ ਸਕਦਾ। ਯਰੂ ਵਿੱਚ ਬਏ ਵੀ ਨਬੀ ਹਨ ਜਿਹੜੇ ਇਹ ਰਾਜ਼ ਜਾਣਦੇ ਹਨ। ਉਹਨਾਂ ਚੁੱਪ ਚੁਪੀਤੇ ਅਲੀਸ਼ਾ ਤੋਂ ਪੁੱਛਿਆ, ਤੇਕੂ ਪਤਾ ਹੈ ਜੋ ਖੁਦਾਵੰਦ ਆਏ ਤੇਰੇ ਆਕਾ ਕੋ ਤੇਰੇ ਤੂੰ ਚਾ ਗਿਨਸੀ। ਉਹ ਜਵਾਬ ਦਿੱਤਾ, ਹਾ ਮੈਂ ਜਾਣਦਾ ਮੈਂ, ਪਰ ਮੈਂ ਈ ਬਾਰੇ ਗਾਲ ਨਹੀਂ ਕਰਨ ਚਾਹੁੰਦਾ। ਵੱਲ ਏਲੀਆ ਅਤੇ ਅਲੀਸ਼ਾ ਯਰੂ ਕੋ ਰਵਾਨਾ ਥੀ ਗਏ। ਬਜ਼ੁਰਗ ਨਬੀ ਨੇ ਆਖਿਆ, ਤੂੰ ਲਾਜ਼ਾ ਖਾਨ ਇਥਾਈ ਜੰਬ ਵੰਜ, ਕਿਉਂ ਜੋ ਖੁਦਾ ਮੇਕੂ ਯਰਦਨ ਨੂੰ ਵੰਜਣ ਦਾ ਆਖੇ। ਅਲੀਸ਼ਾ ਇੱਕ ਵਾਰੀ ਵੱਲ ਜਵਾਬ ਦਿੱਤਾ, ਖੁਦਾਵਨ ਦੀ ਹਯਾਤ ਦੀ ਕਸਮ ਅਤੇ ਤੇਰੀ ਜਾਨ ਦੀ ਸੁਗੰਧ, ਮੈਂ ਤੇਕੂ ਨਹੀਂ ਛੋੜ ਸਕਦਾ। ਉਹ ਰੱਲੇ ਟੁਰਦੇ ਗਏ। ਯਰੂ ਤੂੰ 50 ਨਬੀ ਉਹਨਾਂ ਦੇ ਨਾਲ ਪਿੱਛੂ ਟੁਰ ਪਏ, ਪਰ ਜਿਹੜੇ ਵੇਲੇ ਉਹ ਦੋਵੇਂ ਯਰਦਨ ਦੇ ਨੇੜੇ ਆਏ ਤਾਂ ਉਹ ਨਬੀ ਰੁਕ ਗਏ। ਉਹਨਾਂ ਡਿੱਠਾ ਜੋ ਏਲੀਆ ਆਪਣੀ ਚਾਦਰ ਕੋ ਵਲੇਟ ਕੇ ਪਾਣੀ ਉੱਤੇ ਸੱਟੀ, ਪਾਣੀ ਡੂ ਟੋਟੇ ਥੀ ਕੇ ਉਰਾਂ ਪਰਾਂ ਥੀ ਗਿਆ ਅਤੇ ਅੱਧ ਚ ਇਹ ਖੁਸ਼ਕ ਰਸਤਾ ਬਣ ਗਿਆ। ਅਲੀਸ਼ਾ ਆਪਣੇ ਆਕਾ ਦੇ ਨਾਲ ਉਹਦੇ ਪਿੱਛੂ ਪਿੱਛੂ ਦਰਿਆ ਦੇ ਪਾਰ ਚਲਿਆ ਗਿਆ। ਡੇ ਦੇ
ਉਹ ਡੂਹੇ ਆਦਮੀ ਯਰਦਨ ਦੇ ਪਾਰ ਪਹਾੜਾਂ ਵਿਚ ਨਜ਼ਰਾਂ ਤੂੰ ਓਝਲ ਥੀ ਗਏ। ਨਬੀਆਂ ਆਖਰੀ ਵਾਰੀ ਆਪਣੇ ਆਕਾ ਕੋ ਡਿੱਠਾ, ਪਰ ਅਲੀਸ਼ਾ ਹਾਲੀ ਵੀ ਉਂਦੇ ਨਾਲ ਆਈ। ਉਹ ਬੋਝਲ ਦਿਲ ਨਾਲ ਖਮੋਸ਼ੀ ਨਾਲ ਟੁਰਿਆ ਵਹਿੰਦਾ ਆਈ। ਪਰੇ ਤੂੰ ਊਂ ਕੂ ਕੋਏ ਨਬੂ ਦੀ ਚੋਟੀ ਉੱਤੇ ਧੁੱਪ ਦਾ ਅਕਸ਼ ਨਜ਼ਰ ਆਂਦਾ ਪਿਆ ਆਈ। ਇਹ ਉਹ ਜਾ ਆਈ ਜਿੱਥੋਂ ਅਜ਼ੀਮ ਨਬੀ ਮੂਸਾ ਕੋ ਖੁਦਾ ਉੱਤੇ ਚਾ ਗਿੱਧਾ ਆਈ। ਕੋਏ ਨਬੂ ਦੇ ਮਕਾਮ ਤੇ ਮੂਸਾ ਦਾ ਈ ਹਮ ਪੱਲਾ ਨਬੀ ਆਪਣੇ ਆਖਰੀ ਸਫ਼ਰ ਤੇ ਟੁਰਿਆ ਵਹਿੰਦਾ ਆਏ। ਏਲੀਆਨ ਕਰੀਬ ਥੀਵਣ ਵਾਲੇ ਅਜ਼ੀਮ ਮੌਜੇ ਤੂੰ ਖੌਫ ਜ਼ਦਾ ਕਹਿ ਨਾ ਆਈ, ਪਰ ਵੱਲ ਵੀ ਉਹਨਾਂ ਆਖਰੀ ਗੜੀਆਂ ਵਿਚ ਕਹੀਂ ਦਾ ਸਾਥ ਦੇਵਣ ਹੁੰਦੇ ਕੀਤੇ ਇਤਮਨਾਨ ਦਾ ਬਾਇਸ ਆਏ। ਏਲੀਆ ਬਹੁ ਪਿਆਰ ਨਾਲ ਅਲੀਸ਼ਾ ਵਾਲੇ ਪਾਸੇ ਡਿੱਠਾ ਅਤੇ ਆਖਿਆ, ਈ ਤੋਂ ਪਹਿਲੇ ਜੇ ਮੈਂ ਤੇਰੇ ਕੋਲ ਗਿਨ ਗਿੱਧਾ ਵੰਝਾ, ਦੱਸ ਮੈਂ ਤੇਰੇ ਕੀਤੇ ਕਿਆ ਕਰ ਸਕਦਾ। ਅਲੀਸ਼ਾ ਕੋਲ ਇੱਕ ਦਰਖਾਸਤ ਆਈ ਜਿਹੜੀ ਉਹ ਕਰਨਾ ਚਾਹੁੰਦਾ ਆਏ। ਉਹ ਏਲੀਆ ਦੇ ਬੇਟੇ ਦੀ ਤਰ੍ਹਾਂ ਆਈ ਪਿਆ, ਹੁਣ ਉਹ ਉਹਦੀ ਵਿਰਾਸਤ ਦਾ ਦਾਵਾ ਕਰਨ ਚਾਹੁੰਦਾ ਆਏ, ਪਰ ਉਹ ਦੌਲਤ ਬਾਰੇ ਚ ਕਹਿ ਨਾ ਸੁਚੇਂਦਾ ਪਿਆ ਆਏ ਜਿਹੜੀ ਏਲੀਆ ਦੇ ਕੋਲ ਹਾਈ ਵੀ ਕਹਿ ਨਾ। ਉਹਦੇ ਜ਼ੇਹਨ ਚ ਉਹਦੀ ਰੂਹ ਉਹਦਾ ਈਮਾਨ ਆਏ। ਇਹ ਉਹ ਹੈਰਤ ਅੰਗੇਜ਼ ਨਿਮਤ ਆਈ ਜਿਹਦੇ ਵਸੀਲੇ ਤੋਂ ਏਲੀਆ ਏਡਾ ਵੱਡਾ ਨਬੀ ਬਣਿਆ ਆਏ। ਅਲੀਸ਼ਾ ਇਹ ਨਿਮਤ ਹਾਸਿਲ ਕਰਨ ਚਾਹੁੰਦਾ ਆਏ ਤਾਂ ਜੋ ਆਪਣੇ ਆਕਾ ਦਾ ਸੱਚਾ ਜਾਨ ਨਸ਼ੀਨ ਬਣ ਸਕੇ। ਹੀ ਕੀਤੇ ਉਬਹੂ ਇਤਰਾਮ ਨਾਲ ਆਖਿਆ, ਤੇਰੀ ਰੂਹ ਦਾ ਦੁਗਨਾ ਹਿੱਸਾ ਮੇਡੇ ਉੱਤੇ ਹੋਵੇ। ਏਲੀਆ ਦਾ ਵਾਅਦਾ ਨਾ ਕਰ ਸਕਦਾ ਏ, ਸਿਰਫ਼ ਖੁਦਾ ਹੀ ਅਜਿਹੀ ਦਰਖਾਸਤ ਪੂਰੀ ਕਰ ਸਕਦਾ ਏ। ਏਲੀਆ ਜਵਾਬ ਦਿੱਤਾ, ਤੂੰ ਮੁਸ਼ਕਲ ਸਵਾਲ ਕੀਤੇ, ਤਾਂ ਵੀ ਜੇ ਤੂੰ ਮੇਕੂ ਆਪਣੇ ਤੂੰ ਜਦਾ ਥੀਂਦਾ ਹੋਇਆ ਦੇਖੇ ਤਾਂ ਤੇਰੇ ਕੀਤੇ ਇਵੇਂ ਹੀ ਥੀ ਸੀ, ਅਤੇ ਜੇ ਨਹੀਂ ਤਾਂ ਕਹਿ ਨਾ ਥੀ ਸੀ। ਉਹ ਟੁਰਦੇ ਹੋਏ ਗਾਲੀ ਕਰੇਂਦੇ ਬਹਿੰਦੇ ਹਨ। ਅਚਾਨਕ ਅਸਮਾਨ ਬਾਦਲਾਂ ਤੂੰ ਸਿਆਹ ਥੀ ਗਿਆ, ਬਿਜਲੀ ਚਮਕੀ ਅਤੇ ਅਸਮਾਨ ਤੂੰ ਬਾਦ ਹਿਕ ਬਗੋਲਾ ਏਲੀਆ ਕੋ ਆਪਣੇ ਨਾਲ ਗਿਣ ਕੇ ਚਲਿਆ ਗਿਆ। ਉਹਦਾ ਮਾਲਕ ਟੁਰ ਗਿਆ ਹੈ, ਪਰ ਅਲੀਸ਼ਾ ਕੋ ਹਾਲੀ ਵੀ ਏਲੀਆ ਨਜ਼ਰ ਆਂਦਾ ਪਿਆ ਹੈ। ਇੱਕ ਆਦਸੀ ਰਥ ਜੇ ਕੋ ਆਦਸੀ ਘੋੜੇ ਛਿੱਕੀ ਵਹਿੰਦੇ ਹਨ। ਊ ਚੰਗੜੇਂਦੀ ਹੋਈ ਅੰਧਾਰੀ ਚ ਉਭਰਿਆ ਅਤੇ ਏਲੀਆ ਕੋ ਗਿਣ ਗਿਆ। ਅਲੀਸ਼ਾ ਗੋਡਿਆਂ ਦੇ ਬਾਹਰ ਵੰਜ ਡੱਠਾ, ਊ ਆਪਣੇ ਬਾਜ਼ੂ ਖਿੰਡਾ ਦਿੱਤੇ ਅਤੇ ਜ਼ੋਰ ਨਾਲ ਪੁਕਾਰਨ ਲੱਗਿਆ, ਐ ਮੇਡੇ ਬਾਪ, ਮੇਡੇ ਬਾਪ, ਇਸਰਾਇਲ ਦੇ ਰਥ ਅਤੇ ਉਂਦੇ ਸਵਾਰ। ਹੁਣ ਉੱਥਾਂ ਡੇਕਣ ਕੀਤੇ ਕੁਝ ਨਾ ਰਿਹਾ ਆਈ। ਹਵਾ ਆਹਿਸਤਾ ਆਹਿਸਤਾ ਡੁਸਕਣ ਲੱਗ ਪਈ ਆਈ, ਤੂਫਾਨ ਜੰਮ ਗਿਆ ਅਤੇ ਸਿਜ ਨਿਕਲ ਆਇਆ। ਹੁਣ ਮੈਦਾਨ ਵਿਚ ਅਲੀਸ਼ਾ ਕੱਲਾ ਆਈ। ਊ ਸਦਮੇ ਚ ਆਪਣੇ ਕੱਪੜੇ ਪਾਰ ਗੱਤੇ, ਏਲੀਆ ਦੀ ਮਾਮੂਲੀ ਚਾਦਰ ਜਿਹੜੀ ਉਂਦੇ ਮੁੰਡਿਆਂ ਤੋਂ ਢਹਿ ਪਈ ਆਈ, ਉਂਦੇ ਸਾਹਮਣੇ ਜ਼ਮੀਨ ਤੇ ਪਈ ਹੋਈ ਆਈ। ਜਿਹੜੇ ਵੇਲੇ ਅਲੀਸ਼ਾ ਊ ਚਾਦਰ ਕੋ ਡਿੱਠਾ ਤਾਂ ਉਹ ਸਮਝ ਗਿਆ ਜੋ ਉਂਦੀ ਖਾਹਿਸ਼ ਪੂਰੀ ਥੀ ਗਈ ਏ, ਵਿਰਾਸਤ ਹੁਣ ਉਂਦੀ ਆਈ। ਊ ਚਾਦਰ ਚਾ ਕੇ ਯਰਦਨ ਦਾ ਰੁਖ ਕੀਤਾ। ਉਹ ਊ ਵਸੀ ਦਰਿਆ ਦੇ ਸਾਹਮਣੇ ਖੜਾ ਆਈ ਅਤੇ ਊ ਤਰ੍ਹਾਂ ਹੀ ਊਨੇ ਚਾਦਰ ਕੋ ਪਾਣੀ ਤੇ ਮਾਰਿਆ ਜਿਵੇਂ ਉਂਦੇ ਆਕਾ ਏਲੀਆ ਕੀਤਾ ਆਈ। ਊ ਬੁਲੰਦ ਆਵਾਜ਼ ਚ ਪੁਕਾਰ ਕੇ ਆਖਿਆ, ਖੁਦਾਵੰਦ ਏਲੀਆ ਦਾ ਖੁਦਾ ਕਿੱਥਾ ਹੈ? ਏਲੀਆ ਦਾ ਖੁਦਾ ਉਂਦੇ ਨਾਲ ਆਈ ਪਿਆ। ਉਹ ਕੁਵਤ ਜਿਹੜੀ ਊ ਏਲੀਆ ਤੇ ਨਾਜ਼ਲ ਕੀਤੀ ਆਈ ਹੁਣ ਊ ਅਲੀਸ਼ਾ ਕੋ ਬਖਸ਼ ਦਿੱਤੀ ਆਈ। ਯਰਦਨ ਦੇ ਪਾਣੀ ਦੇ ਡੂਹ ਹਿੱਸੇ ਥੀ ਗਏ ਜਿਹੜੇ ਨਬੀ ਡੂਜੇ ਕਿਨਾਰੇ ਤੇ ਇੰਤਜ਼ਾਰ ਚ ਖੜੇ ਹਨ।
ਉਹਨਾਂ ਅਲੀਸ਼ਾ ਕੋ ਰੋਸ਼ਨ ਰਸਤੇ ਉੱਤੇ ਤੱਲੇ ਦੂ ਆਂਦਾ ਹੋਇਆ ਡਿੱਠਾ ਅਤੇ ਉਹਦੇ ਸਾਹਮਣੇ ਝੁਕ ਗਏ। ਉਹਨਾਂ ਦਾ ਖਿਆਲ ਆਏ ਜੋ ਏਲੀਆ ਦੀ ਮੌਤ ਆਮ ਇਨਸਾਨਾਂ ਦੀ ਤਰ੍ਹਾਂ ਥਈ ਹੋ ਸੀ। ਉਹ ਕੁਝ ਲੋਕਾਂ ਕੋ ਉਹਦੀ ਲਾਸ਼ ਗੋਲਣ ਕੀਤੇ ਭੇਜਣ ਚਾਹੁੰਦੇ ਹਨ। ਅਲੀਸ਼ਾ ਆਖਿਆ, ਨਾ ਭਿਜਵਾਓ। ਪਰ ਉਹ ਮੁਸਲਸਲ ਜ਼ਿੱਦ ਕਰਿੰਦੇ ਰਹੇ। ਆਖਰਕਾਰ ਉਹ ਮਨੀਜ ਗਏ। 50 ਆਦਮੀਆਂ ਯਰਦਨ ਕੋ ਪਾਰ ਕੀਤਾ ਅਤੇ ਤ੍ਰੈ ਦੀਵਾਰਾਂ ਤਾਈਂ ਊਂ ਕੋ ਗੁਲੇਂਦੇ ਰਹੇ। ਵਾਲੋ ਅਲੀਸ਼ਾ ਦੇ ਕੋਲ ਵੱਲ ਕੇ ਆ ਗਏ ਜਿਹੜਾ ਯਰੂ ਵਿੱਚ ਠਹਿਰਿਆ ਹੋਇਆ ਏ ਅਤੇ ਊ ਕੋ ਦੱਸਿਓ ਨੇ ਜੋ ਉਹਨਾਂ ਕੋ ਕੁਝ ਨਹੀਂ ਮਿਲਿਆ। ਅਲੀਸ਼ਾ ਉਹਨਾਂ ਕੋ ਆਖਿਆ, ਕਿਆ ਮੈਂ ਤਾਕੂ ਆਖਿਆ ਕਹਿਣ ਆਈ ਜੋ ਨਾ ਵੰਜੋ। ਬੇਲਾਖਰ ਉਹਨਾਂ ਕੋ ਯਕੀਨ ਆ ਗਿਆ ਏਲੀਆ ਜ਼ਿੰਦਾ ਅਸਮਾਨ ਤੇ ਚਲਿਆ ਗਿਆ ਏ। ਜੀ ਸਮਾਈ, ਇਹ ਆਈ ਸਾਡਾ ਅੱਜ ਦਾ ਹਿਕਮਤ ਦੇ ਮੋਤੀ। ਤਾਕੂ ਇਹ ਪ੍ਰੋਗਰਾਮ ਕਿਵੇਂ ਲੱਗੇ? ਸਾਕੂ ਆਪਣੀ ਪਸੰਦ ਬਾਰੇ ਜ਼ਰੂਰ ਦਸਾਇਆ ਕਰੋ। ਇਹਦੇ ਕੀਤੇ ਸਾਡਾ ਪਤਾ ਨੋਟ ਕਰ ਗਿਨੋ। ਪ੍ਰੋਗਰਾਮ ਹਿਕਮਤ ਦੇ ਮੋਤੀ, ਪੋਸਟ ਬਾਕਸ ਨੰਬਰ 117 ਫੈਸਲਾਬਾਦ, ਪਾਕਿਸਤਾਨ, ਅਤੇ ਫੋਨ ਨੰਬਰ ਵੀ ਨੋਟ ਕਰ ਗਿਨੋ, 0317477655। ਆਓ ਇੱਕ ਵਾਰੀ ਪ੍ਰੋਗਰਾਮ ਦਾ ਪਤਾ ਵੱਲ ਨੋਟ ਕਰ ਗਿਨੋ। ਪ੍ਰੋਗਰਾਮ ਹਿਕਮਤ ਦੇ ਮੋਤੀ, ਪੋਸਟ ਬਾਕਸ ਨੰਬਰ 117 ਫੈਸਲਾਬਾਦ, ਪਾਕਿਸਤਾਨ, ਫੋਨ ਨੰਬਰ ਵੀ ਨੋਟ ਕਰ ਗਿਨੋ, 0317477655। ਅਤੇ ਇਹਦੇ ਨਾਲ ਹੀ ਆਪਣੇ ਮੇਜ਼ਬਾਨ ਨਦੀਮ ਬਸ਼ੀਰ ਕੋ ਇਜਾਜ਼ਤ ਦੇਵੋ। ਸੋਹਣੇ ਰੱਬ ਦੇ ਵੱਲ।